पिछले दिनी ब्यास दरिया दे विच दो सके भरावां दे वल्लों छाल मार दित्ती गई सी। एक हफ्ता बीतण दे बावजूद दोनों भरावां दीआं ना तां डेड बॉडी मिलियां ने और ना ही कोई होर जानकारी मिली है, जानी कि अजे तक कोई भी सबूत उन्हां दा नहीं मिलिया। परिवार परेशान हैगा। उन्हां दे फादर जतिंदरपाल सिंह ढिल्लों साडे नाल मौजूद हैगे ने, गलबात करदे आं। ढिल्लों साहब, एक हफ्ते दे करीब हो गया दोनों बेटियां ने छाल मारी सी, कोई सुराग हथ लगा तुहाडे? नहीं जी, अजे तक कोई हथ नहीं लगा। ਗੋਤਾਖੋਰ ਟੀਮਾਂ ਵੀ ਤੁਸੀਂ ਮੰਗਵਾਈਆਂ ਸੀਗੀਆਂ, ਕੋਈ ਜਾਣਕਾਰੀ? ਆਪਣੇ ਤੌਰ ਤੇ ਮੈਂ ਤੇ ਉਸ ਦਿਨ ਤੱਕ ਘਰੋਂ ਨਹੀਂ ਬਾਹਰ ਨਿਕਲਿਆ ਸੀ, ਕਿਉਂਕਿ ਮੈਂ ਆਪਣੀ ਫੈਮਿਲੀ ਨੂੰ ਹੀ ਹੈਂਡਲ ਕਰਦਾ ਰਿਹਾ। ਮੇਰੇ ਫਾਦਰ ਓਲਡ ਨੇ, ਉਹਨਾਂ ਨੂੰ ਅਸੀਂ ਦੱਸਿਆ ਵੀ ਨਹੀਂ ਵੀ ਤੁਹਾਡੇ ਗ੍ਰੈਂਡ ਸੰਸ ਨਾਲ ਆਹ ਕੁਛ ਹੋ ਚੁੱਕਾ ਹੈ। ਉਹਨਾਂ ਨੂੰ ਅਸੀਂ ਹੋਰ ਕੁਛ ਹੀ ਦੱਸ ਰਹੇ ਹਾਂ ਕਈ ਕੁਛ, ਅਤੇ ਉਹਨਾਂ ਨੂੰ ਹੈਂਡਲ ਕਰਕੇ ਮੈਂ ਨਾਲੇ ਮੇਰੀ ਐਜ਼ ਏ ਫਾਦਰ ਮੇਰੀ ਇਹ ਸਥਿਤੀ ਨਹੀਂ ਸੀ ਮੈਂ ਬਾਹਰ ਨਿਕਲ ਸਕਾਂ। ਉਹਨਾਂ ਦੇ ਸਾਰੇ ਦੋਸਤ ਜਿਹਨਾਂ ਬਾਰੇ ਮੈਂ ਜ਼ਿਕਰ ਕਰ ਚੁੱਕਾ ਹਾਂ, ਐਡਵੋਕੇਟ ਸਰਬਜੀਤ ਬਚਪਨ ਦਾ ਦੋਸਤ ਹੈ, ਮਿਸਟਰ ਉੱਪਲ ਬਚਪਨ ਦਾ ਦੋਸਤ ਹੈ, ਇਹ ਔਰ ਸਾਰੀ ਇਹਨਾਂ ਦੇ ਦੋਸਤਾਂ ਦੀ ਟੀਮ ਉਸ ਦਿਨ ਦੀ ਇਹਨਾਂ ਨੇ ਗੋਤਾਖੋਰਾਂ ਦਾ ਪ੍ਰਬੰਧ ਕੀਤਾ। ਇਹ ਅੱਧਾ ਦਿਨ ਦਰਿਆਵਾਂ ਦੇ ਰਹਿੰਦੇ ਹਨ, ਬਿਆਸ ਹਰੀਕੇ ਐਂਡ ਫਿਰੋਜ਼ਪੁਰ ਵਾਲੇ ਹੈੱਡ ਦੇ, ਔਰ ਉਸ ਤੋਂ ਬਾਅਦ ਅੱਧਾ ਦਿਨ ਤੁਹਾਡੀ ਪ੍ਰੈਸ ਪ੍ਰਸ਼ਾਸਨ ਨਾਲ ਰਹਿੰਦੇ ਹਨ। ਕਦੀ ਇਹ ਹਿਊਮਨ ਰਾਈਟਸ ਦੇ ਪਰਸੋਂ ਗਏ, ਉੱਥੇ ਕੰਪਲੀਟ ਕਰਕੇ ਆਏ, ਅਤੇ ਅੱਜ ਜਦੋਂ ਮੈਨੂੰ ਕੱਲ੍ਹ ਇਹਨਾਂ ਨੇ ਆ ਕੇ ਦੱਸਿਆ, ਅਤੇ ਇੱਕ ਇੱਥੇ ਮੈਂ ਵੇਖਿਆ ਸੀ ਟ੍ਰਿਬਿਊਨ ਵਾਲੀ ਵੀ ਬੇਟੀ ਬੈਠੀ ਸੀ, ਘਰ ਗਿਆ ਮੈਂ, ਹਰ ਇੱਕ ਨੂੰ ਹੱਥ ਜੋੜਦਾ ਰਿਹਾ, ਘਰ ਵੀ ਮੈਂ ਇਸ ਏਬਲ ਨਹੀਂ ਮੈਂ ਗੱਲਬਾਤ ਕਰ ਸਕਾਂ। ਉਹ ਬੱਚੇ ਹੀ ਬੇਟੇ ਕਰ ਰਹੇ ਸਾਰੀ ਗੱਲਬਾਤ, ਅਤੇ ਫਿਰ ਮੈਨੂੰ ਇਹਨਾਂ ਨੇ ਦੱਸਿਆ ਵੀ ਕੁਛ ਪ੍ਰੈਸ ਵਾਲੇ ਇਹ ਗੱਲ ਜ਼ਰੂਰ ਕਰ ਰਹੇ ਹਨ ਵੀ ਅਸੀਂ ਉਸ ਦਿਨ ਦੇ ਲੱਗੇ ਹੋਏ ਹਾਂ, ਅਤੇ ਪਰਿਵਾਰ 'ਚੋਂ ਫਾਦਰ ਕਿਉਂ ਨਹੀਂ ਕੋਈ ਗੱਲ ਕਰ ਰਹੇ। ਮੈਂ ਕਿਹਾ ਵੀ ਮੈਂ ਫਿਰ ਆਪਣਾ ਦਿਲ ਸਟਰੋਂਗ ਕਰਕੇ ਮੈਂ ਕਿਹਾ ਵੀ ਮੈਂ ਪ੍ਰੈਸ ਸਭ ਇਹਨਾਂ ਦੇ ਦੋਸਤਾਂ ਨੇ ਤਾਂ ਸਾਰੀ ਜਾਣਕਾਰੀ ਦਿੱਤੀ ਸੀਗੀ, ਵੈਸੇ ਤਾਂ ਸਾਰਿਆਂ ਨੂੰ ਮੈਟਰ ਪਤਾ ਲੱਗ ਗਿਆ, ਪਰ ਉਦਣ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀਗੀ ਜਸ਼ਨ ਦੀ ਜਾਂ ਮਾਨਵ ਦੀ? ਹਾਂਜੀ, ਜਸ਼ਨਵੀਰ ਸਿੰਘ ਕੋਲ ਸਵੇਰੇ ਮੈਂ ਚਾਬੀ ਲੈ ਕੇ ਗੱਡੀ ਦੇ ਰੂਮ 'ਚੋਂ ਗਿਆ, ਇਹ ਕਹਿੰਦਾ ਬੜਾ ਡਿਪਰੈਸ ਸੀਗਾ, ਅਤੇ ਇਹ ਗੋਇੰਦਵਾਲ ਸਾਹਿਬ ਰੂਟੀਨ ਮੁਤਾਬਕ ਉਹਦੀ ਵਾਈਫ ਚੱਲ ਜਾਂਦੇ ਸੀਗੇ ਉੱਥੇ ਆਪਣਾ ਕਾਰੋਬਾਰ ਵੇਖਣ, ਉਸ ਦਿਨ ਉਹ ਗਿਆ ਨਹੀਂ, ਅਤੇ ਮੈਂ ਉਹਦੇ ਕੋਲ ਚਾਬੀ ਲੈ ਕੇ ਨੀਚੇ ਉਤਰਿਆ ਉਹਦੇ ਬੈਡਰੂਮ 'ਚ ਬਾਹਰ, ਉਹਨੇ ਦਰਵਾਜ਼ਾ ਮੇਰੇ ਹੁੰਦੇ ਦਰਵਾਜ਼ਾ ਬੰਦ ਕਰ ਲਿਆ। ਉਸ ਤੋਂ ਬਾਅਦ ਇੱਕ ਵਜੇ ਉਹ ਉਹਦੀ ਮਾਮਾ ਫੋਨ ਕਰਦੀ ਵੀ ਆ ਕੇ ਮੇਰੀ ਰਿਕੁਐਸਟ ਕਰ ਲਾ, ਚਾਹ ਵਗੈਰਾ ਪੀ ਲਾ, ਆਇਆ ਮਾਮਾ ਆਇਆ ਮਾਮਾ, ਨਹੀਂ ਆਇਆ ਨੀਚੇ। ਉਸ ਤੋਂ ਬਾਅਦ ਦੁਪਹਿਰੇ ਇੱਕ ਵਜੇ ਦੇ ਨੀਅਰ ਅਬਾਊਟ ਵੀ ਮਾਮਾ ਦੱਸਦੀ ਵੀ ਚਾਬੀ ਘਰੋਂ ਲੈ ਕੇ ਚਲਾ ਗਿਆ, ਤਕਰੀਬਨ 4 ਵਜੇ ਤੱਕ ਉਹ ਸਾਡਾ ਇਹਨਾਂ ਦੋਸਤਾਂ ਦਾ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਉਹਨੇ। ਅਤੇ ਮਨਜੀਤ ਜਦੋਂ ਉੱਧਰੋਂ ਜ਼ਮਾਨਤ ਕਰਾ ਕੇ ਫ੍ਰੀ ਹੋ ਗਿਆ ਸੀ, ਫਿਰ ਮਨਜੀਤ ਨੂੰ ਫੋਨ ਕੀਤਾ ਵੀ ਮਨਜੀਤ ਲਾਸਟ ਮੈਨੂੰ ਫੋਨ ਜਸ਼ਨਵੀਰ ਇਹੋ ਕਿਹਾ ਵੀ ਪਾਪਾ ਤੁਸੀਂ ਸਾਡੇ ਲਈ ਬਹੁਤ ਕੁਛ ਕੀਤਾ, ਬੜਾ ਡਿਪਰੈਸ ਸੀਗਾ, ਲਵ ਯੂ ਪਾਪਾ ਕਹਿ ਕੇ ਉਹਨੂੰ ਫੋਨ ਬੰਦ ਕਰ ਦਿੱਤਾ। ਪਰ ਅਸੀਂ ਮਨਜੀਤ ਨੂੰ ਇਮੀਡੀਏਟ ਫੋਨ ਕੀਤਾ, ਮਨਜੀਤ ਇੱਦਾਂ ਇੱਦਾਂ ਗੱਲ ਹੈ ਅਤੇ ਤੂੰ ਇਮੀਡੀਏਟ ਉਹਨੂੰ ਫੋਲੋ ਕਰਕੇ ਦਿੱਤੇ ਆ, ਕਹਿੰਦਾ ਠੀਕ ਹੈ ਪਾਪਾ। ਉਹ ਮਿਸਟਰ ਉੱਪਲ ਨੇ ਸਾਰੇ ਦੋਸਤ ਉੱਥੇ ਸੀ ਇਕੱਠੇ ਸਬੰਧ ਕਰਾ ਕੇ ਆਏ ਸੀ ਉਦੋਂ ਸਾਰੀ, ਅਤੇ ਇਹ ਚੱਲ ਪਏ। ਇਹਨਾਂ ਦਾ ਫੋਨ ਆਇਆ ਕਿ ਅਸੀਂ ਪਹੁੰਚ ਗਏ ਹਾਂ, ਕਪੂਰਥਲਾ ਪਾਰ ਕਰ ਗਏ ਹਾਂ ਇਹ ਮਿਸਟਰ ਉੱਪਲ ਦੀ ਥਾਰ 'ਤੇ, ਅਤੇ ਜਸ਼ਨਵੀਰ ਨਾਲ ਗੱਲ ਹੋ ਗਈ ਸਾਡੀ, ਉਹ ਮੁੰਡੀ ਮੋੜ ਹੈ, ਮੁੰਡੀ ਮੋੜ ਟੁਵਾਰਡਸ ਗੋਇੰਦਵਾਲ ਸੁਲਤਾਨਪੁਰ ਦੇ ਰਸਤੇ 'ਚ ਆ, ਅਤੇ ਉਹ ਵੀ ਪਹੁੰਚ ਗਿਆ। ਹੁਣ ਤੁਸੀਂ ਫੋਨ ਨਾਲ ਪਾਪਾ ਮਾਮਾ ਤੁਸੀਂ ਨਾਲ ਫੋਨ ਕਰਿਓ, ਅਸੀਂ ਉਹਦੇ ਨਾਲ ਇਨ ਟੱਚ ਹਾਂ। ਅਸੀਂ ਕਿਹਾ ਠੀਕ ਆ, ਭਰਾ ਇਨ ਟੱਚ ਹੋ ਗਿਆ ਅਤੇ ਠੀਕ ਆ, ਉਹਨੇ ਕੁਛ ਨਾ ਕੁਛ ਹੈਂਡਲ ਕਰ ਲੂਗਾ। ਉਸ ਤੋਂ ਬਾਅਦ ਇਹ ਦਰਿਆ 'ਤੇ ਪਹੁੰਚ ਗਏ, ਉਹ ਦਰਿਆ ਤੋਂ ਨਾਕਾ ਸੀ ਦਰਿਆ ਦਾ ਜਿੱਥੇ ਬਿਆਸ ਵੀ ਵੇਖਿਆ ਉਹਨਾਂ ਨੇ, ਉਹ ਚੈੱਕ ਪੋਸਟ ਦੇ ਬੋਰਡ ਲੱਗੇ ਹੁੰਦੇ ਆ, ਉਹ ਇਹਨੇ ਜਿਹੜੀ ਫੁਟਿੰਗ ਵਿਖਾਈ ਆ ਉਹ ਬੋਰਡ ਲੱਗੇ ਹੋਏ ਆ, ਉਹ ਆਪਣੀ ਗੱਡੀ ਪਹਿਲਾਂ ਖੜੀ ਕਰਕੇ, ਮਾਨਵ ਜੀ ਦੀ ਸਕਾਡਾ ਕਿਹੜੀ ਸੀ ਉਹ ਉਹਦੇ ਕੋਲ ਸੀਗੀ, ਉਹ ਗੱਡੀ ਚੈੱਕ ਨਾਕੇ ਤੋਂ ਪਹਿਲਾਂ ਖੜੀ ਕਰਕੇ ਤਕਰੀਬਨ ਕੁਝ ਯਾਰਡਸ, ਅਤੇ ਉਹ ਫੋਨ ਕਰਦਾ ਕਰਦਾ ਇਹਨਾਂ ਮੈਨੂੰ ਵਿਖਾਇਆ ਵੀ ਉਹ ਜਾ ਰਿਹਾ ਸੀਗਾ, ਅਤੇ ਉਹ ਜਾ ਰਿਹਾ ਸੀ ਉਹਨੇ ਚਿਰ ਨੂੰ ਇਹ ਮਾਨਵ ਜੀ ਚਲੋਂ ਅਤੇ ਮਿਸਟਰ ਉੱਪਲ ਉਹਨੂੰ ਪੁੱਲ 'ਤੇ ਮਿਲ ਪਏ, ਪੁੱਲ 'ਤੇ ਮਿਲ ਕੇ ਇਹਨਾਂ ਆਪਣੇ ਦੋਨੋਂ ਭਰਾਵਾਂ ਨੇ ਜੱਫੀਆਂ ਪਾਈਆਂ, ਅਤੇ ਉਹ ਰੋਇਆ, ਰੋ ਕੇ ਇਹਨੂੰ ਦੱਸਿਆ ਵੀ ਮੈਂ ਬੜਾ ਇਸ ਗੱਲੋਂ ਪਰੇਸ਼ਾਨ ਹਾਂ, ਡਿਪਰੈਸ ਹਾਂ, ਅਤੇ ਆਪਣੇ ਨਾਲ ਬਹੁਤ ਘਟੀਆ ਵਰਤਾਵ ਕੀਤਾ ਪੁਲਿਸ ਨੇ। ਉਹਨੇ ਕਿਹਾ ਵੀ ਕੋਈ ਗੱਲ ਨਹੀਂ ਜਸ਼ਨ, ਕੋਈ ਗੱਲ ਨਹੀਂ, ਆਪਾਂ ਦੇਖਾਂਗੇ ਜੇ ਆਪਾਂ ਨੂੰ ਇਨਸਾਫ਼ ਮਿਲੂਗਾ, ਉਸ ਧੀ ਨੂੰ ਭੈਣ ਨੂੰ ਇਨਸਾਫ਼ ਦਵਾਵਾਂਗੇ, ਅਤੇ ਆਪਾਂ ਇਹਦਾ ਜਿਹੜਾ ਕਸੂਰ ਹੋਊਗਾ ਮਿਲੂਗੀ ਪਰਮਿਸ਼ਨ। ਉਹ ਇਹ ਗੱਲਬਾਤ ਪੁੱਲ 'ਤੇ ਇਹਨਾਂ ਕੀਤੀ, ਇਹਦੇ ਸਾਹਮਣੇ ਕੀਤੀ ਸਾਡੇ ਨਾਲ, ਅਤੇ ਫਿਰ ਫੋਨ ਆਇਆ ਮਾਨਵਜੀਤ ਨੇ ਖੁਸ਼ੀ 'ਚ ਦੱਸਿਆ ਵੀ ਮਾਂ ਜਸ਼ਨ ਵੀ ਮਿਲ ਗਿਆ। ਉਹਨੇ ਮਾਮਾ ਨੂੰ ਫੋਨ ਕੀਤਾ, ਮੈਂ ਇਹਦੇ ਕੋਲ ਬੈਠਾ ਜਲੰਧਰ ਗ੍ਰੀਨ ਪਾਰਕ, ਅਤੇ ਮਾਮਾ ਮਿਲ ਗਿਆ, ਮੈਂ ਕੋਲ ਆ ਗਿਆ, ਨਹੀਂ ਕਿ ਮਿਲ ਗਿਆ ਕਰੋਸ਼ਨ ਮਾਂ ਕਹਿੰਦੀ ਨਹੀਂ ਮਿਲ ਗਿਆ, ਮੈਂ ਕੋਲੋਂ ਕਿਹਾ ਵੀ ਉਹਨੂੰ ਕਿਹੋ ਵੀ ਇਹਨੂੰ ਡਰਾਈਵ ਨਾ ਕਰਨ ਦਿਓ, ਜਸ਼ਨ ਨੂੰ ਨਾਲ ਲੈ ਕੇ ਆ ਜਿਓ, ਇਹਨੇ ਕਿਹਾ ਉਹਨੂੰ ਡਰਾਈਵ ਨਾ ਕਰਨ ਦਿਓ, ਆਪ ਲੈ ਕੇ ਆ ਜਿਓ। ਜਦੋਂ ਇਨ ਬਿਟਵੀਨ ਮਨਮਜੀਤ ਗੱਲ ਕਰ ਰਿਹਾ ਸੀਗਾ ਮਾਮਾ ਨਾਲ, ਮੈਂ ਕੋਲ ਸੁਣ ਰਿਹਾ ਸੀ, ਅਤੇ ਇਨ ਬਿਟਵੀਨ ਜਸ਼ਨ ਥੋੜ੍ਹੀ ਦੂਰੀ 'ਤੇ ਉਹਨੇ ਉਸ ਵੇਲੇ ਛਲਾਂਗ ਲਗਾ ਦਿੱਤੀ। ਤੁਹਾਡੇ ਫੋਨ ਚੱਲਦੇ ਦੌਰਾਨ ਗੱਲ ਹੋ ਚੁੱਕੀ ਸੀ, ਗੱਲ ਹੋ ਚੁੱਕੀ ਸੀ,
मिल गया। एक गल सड़ना हो चुकी सी और एक कोल सी मिस्टर उपर सामने सीगा ते इहने उस वेले जदों उहने जशबीर ने इहने दस्सिया छलांग लगाई आ उस तों बाद कहे इहने उपर दस्सदा वी मानवजीत कह रहा जशन जशन करके ते उह वी उस वेले पिछे गया मुशल हो के भरा सी कि उहदे मन च आया उहनूं छलांग लगा दी। इहने रोंदे करवाउंदे ने सानूं फोन कीता ते आपणा वापर गया। फिर एक बारे तां छोटे जशनवीर बारे मिस्टर सामने सुन रही मैं उहदे दस दित्ता। मानवजीत बारे कई दिन नहीं दस्सिया वेखदा रहा कदों मौका आया कदों दसांगा। उन्हां दा बहुत बुरा हाल सी परिवार दा बजुर्गां नूं फादर साहब नूं ओल्ड सन उन्हां दे ग्रैंड सन नाल बड़ा प्यार सी उन्हां नाल नूं झूठ मारदे रहे भी उह बीमार उपर पिया आया गोंदवाल नूं जा रहा दवाई दे रहे उहनूं ठीक अगे नालों अज ही सवेरे पुछ रहे सी उहदे कोल हैगी दवाई कुछ दिन दी ठीक है मेरे नाल गल ते फोन ते कर लवे नहीं करी दस्सिया जी फादर नूं भी दस्सिया। मानवजीत बारे परसों दस्सिया मानवजीत दे नानके तों काफ़ी परिवार आया सी मैं कहा भी इन्हां दी मानव दे जशन दी माँ दे कह लो पेके वालों थोड़ी मॉरल सपोर्ट मिली आ ब्रदर भाभी होर सारे भतीजे सारा कुछ आया सी ते मैं कहा हुण गल दस दवां फिर मैं उहनूं कहा मैं कहा भी ढिल्लों साहब छाल मारन तक नौबत आई क्यों क्योंकि तुसीं तां दस्सिया कि तुहाडा बेटियां नाल यारां वाला रिश्ता सीगा तुहाडे नाल गल कर लैंदे होणगे खुल के कि हवालात दे विच रखिया मानव नूं इही गल जशन दे दिमाग दे विच आ गई जां उहदी पग उतरी सीगी इस गल नूं लै के ज्यादा जहन दे विच लिया। इह ऐतवार पिछले शायद 12 तरीक सी उदों ऐतवार संडे इन्हां ने कोई प्रॉपर्टी सी बस्तियां ढिल्लों मार्केट साडी दादा जी नूं कह के वह वेच के इन्हें कहने असीं स्कूल ते हॉस्पिटल के अगे शॉपिंग मॉल बनाना है ते मानवजीत ने जशनवीर सिंह हॉस्पिटल का काम वेखदा सी मानवजीत को सारे बिजनेस पुराने किसे सी इंग्लैंड भी लाए कई साल और उन्हें आर्किटेक्ट लगा के सारे प्रोजेक्ट तैयार करके और नियरबर 3600 3600 स्क्वेयर यार्ड दोनों पर अपने लेंटर पाया संडे और शाम को अपनी मदर ते भूआ दे नाल जलंधर वापस आए और बड़े खुश सन। और नेक्स्ट बुधवार जिस दिन ये थाने की गल होंगी बुधवार उन्हें नाल अगले प्रोजेक्ट का अरदास करके शुरू करना सी तो बहुत खुश सी सारा काम ठीक सी किसी वालों डिप्रेशन सी किसी वालों कारोबार वालों घर वालों परिवार वालों सिर्फ जो पुलिस स्टेशन गल हुई है बुधवार मानवजीत नाल वो जशन भी अपने दिल च लै बैठा जिहड़ी पग रखी सी वो जशन दी सी जिहड़ी लाई सी थाने वो मानवजीत दी वो भी घर पहुंच गई पग ਸਾਡੇ ਕੋਲ ਆ ਪੱਗ ਆ ਗਈ ਆ ਜਿਹੜੀ ਦਰਿਆ ਰੱਖ ਗਿਆ ਉਹ ਜਸ਼ਨਵੀਰ ਦੀ ਸੀ ਦੋਨੋਂ ਪੱਗਾਂ ਘਰ ਪਈਆਂ ਨੇ ਜਿਹੜੀ ਜਸ਼ਨਵੀਰ ਦੀ ਪੱਗ ਸੀ ਉਹ ਉੱਪਰ ਹੋਣੀ ਉੱਥੋਂ ਲੈ ਕੇ ਆਏ ਜਦੋਂ ਛਾਲਾਂ ਮਾਰੀਆਂ ਸਾਹਮਣੇ ਬਾਹਰ ਚੁੱਕੀਆਂ ਨੇ ਤੇ ਜਿਹੜੀ ਮਾਨਵਜੀਤ ਦੀ ਪੱਗ ਸੀ ਉਹ ਜਦੋਂ ਬੇਲ ਹੋ ਗਈ ਆ ਬੇਲ ਤੋਂ ਬਾਅਦ ਪੁਲਿਸ ਸਟੇਸ਼ਨ ਆਪਣਾ ਉਹ ਜਾਮਾ ਤਰਾਸ਼ ਜੋ ਲੈਂਦੇ ਹੁੰਦੇ ਆ ਮੋਬਾਈਲ ਪੱਗ ਕੱਪੜੇ ਉਹ ਲੈ ਕੇ ਆ ਪੱਗ ਉਤਰੀ ਇਹੀ ਜ਼ਿਆਦਾ ਉਹਦੇ ਮਨ ਨੂੰ ਲੱਗੀ ਪੱਗ ਵੀ ਉਤਰੀ ਉਹਨੂੰ ਅੰਦਰੋਂ ਹਵਾਲਾਤ ਦੇ ਵਿੱਚੋਂ ਇੱਕ ਹੋਰ ਲੜਕਾ ਸੀ ਕੋਈ ਉਹ ਮੈਂ ਗੋਦਲ ਵਜੇ ਚੱਲਿਆ ਨਹੀਂ ਸੀ ਇੱਕ ਲੜਕੀ ਦਾ ਫੋਨ ਆਇਆ ਹਾਂਜੀ ਤੇ ਢਿੱਲੋਂ ਸਾਹਿਬ ਬੋਲਦੇ ਹੋ ਮੈਂ ਹਾਂਜੀ ਮੈਂ ਕਿਹਾ ਸ਼ੇਖ ਲੇਡੀ ਕਾਂਸਟੇਬਲ ਹੋਵੇ ਥਾਣੇ ਉਸ ਦਿਨ ਦੀ ਬੁੱਧਵਾਰੀ ਪੁਲਿਸ ਸਟੇਸ਼ਨ ਤੋਂ ਇਹ ਕਹਿੰਦੀ ਆ ਗੱਲ ਕਰਿਓ ਜੀ ਉਹ ਇੱਕ ਲੜਕਾ ਬੋਲ ਰਿਹਾ ਕਹਿੰਦਾ ਅੰਕਲ ਮੈਂ ਵੀ ਅੰਦਰ ਸੀ ਹਲਵਾਰ ਜੀ ਹਵਾਲਾ ਜੀ ਮਾਨਵਜੀਤ ਨੇ ਮੈਂ ਤੁਹਾਡਾ ਮੈਨੂੰ ਫੋਨ ਦਿੱਤਾ ਮੇਰੀ ਬੇਲ ਹੋ ਗਈ ਆ ਮੈਂ ਜਾ ਰਿਹਾ ਅਤੇ ਮਾਨਵਜੀਤ ਨਾਲ ਉਹਨਾਂ ਨੇ ਬਹੁਤ ਟਾਰਚਰ ਕੀਤਾ ਮੇਰੇ ਸਾਹਮਣੇ ਕੀਤਾ ਉਹਦੀ ਪੱਗ ਵੀ ਲਾਈ ਉਹਦੇ ਕੱਪੜੇ ਵੀ ਪਾੜੇ ਮੈਂ ਕਿਹਾ ਹੋਰ ਕਹਿੰਦਾ ਉਹਦੇ ਪਿੱਛੇ ਲਾਸ਼ਾਂ ਵੀ ਪਈਆਂ ਮੇਰੇ ਸਾਹਮਣੇ ਮੈਂ ਵੇਖੀਆਂ ਉਹ ਲੜਕਾ ਉਹ ਉਹਨੇ ਕਿਹਾ ਤੁਸੀਂ ਅੰਕਲ ਕੁਛ ਕਰੋ ਮੈਂ ਤਾਂ ਬਾਹਰ ਜਾ ਰਿਹਾ ਉਹ ਅੰਦਰੋਂ ਹੁਣ ਜਦੋਂ ਇਹਨੇ ਕੈਮਰੇ ਬੰਦ ਕਰ ਦਿੱਤੇ ਜੇ ਕੈਮਰੇ ਚਾਲੂ ਹੁੰਦੇ ਤੇ ਉਹ ਜਿਹੜੀ ਲੜਕੀ ਨਾਲ ਇਹਨਾਂ ਨੇ ਮਿਸਬਿਹੇਵ ਕੀਤਾ ਸੀ ਲੜਕੀ ਦੇ ਫੋਨ 'ਚੋਂ ਸਾਰਾ ਵਾਟਸਐਪ ਕੀਤਾ ਸਾਰਾ ਕੁਛ ਆ ਜਾਣਾ ਸੀ ਇਹਨਾਂ ਦੀ ਪੁਲਿਸ ਦੀਆਂ ਜੋ ਇੱਕ ਨੰਬਰ ਦੇ ਕਰਤੂਤਾਂ ਸਾਹਮਣੇ ਆ ਰਹੀਆਂ ਸੀ ਜੋ ਮਾਨਵਜੀਤ ਨਾਲ ਕੀਤਾ ਉਹ ਵੀ ਸਾਹਮਣੇ ਆ ਜਾਣਾ ਸੀਗਾ ਅਤੇ ਉਹ ਲੜਕਾ ਕਿਹੜਾ ਸੀ ਜਿਹਨੇ ਮੈਨੂੰ ਸਾਰਾ ਕੁਝ ਦੱਸਿਆ ਉਹ ਵੀ ਸਾਹਮਣੇ ਆ ਜਾਣਾ ਸੀ ਵਲਾਸ਼ ਕਿਹੜਾ ਲੜਕਾ ਉਹਨਾਂ ਨੂੰ ਦੁਬਾਰਾ ਟਰੇਸ ਕਰਕੇ ਤੁਸੀਂ ਉਹਦੀ ਇੰਟਰਵਿਊ ਲੈ ਸਕਦੇ ਜਾ ਕੇ ਉਹ ਸਾਰੇ ਕੈਮਰੇ ਨੇ ਬੰਦ ਕਰ ਛੱਡੇ ਸੁਭਾਵਕ ਥੋੜਾ ਜਿਹਾ ਗਰਮ ਸੀਗਾ ਮਾਨਵ ਕਿਉਂਕਿ ਕਈ ਵਾਰੀ ਸੁਭਾਵਕ ਜਦੋਂ ਅਸੀਂ ਇਦਾਂ ਲੜਾਈ ਝਗੜਿਆਂ ਦੇ ਵਿੱਚ ਜਾਂਦੇ ਆ ਤਾਂ ਉੱਚੀ ਬੋਲਿਆ ਵੀ ਜਾਂਦਾ ਨਹੀਂ ਉਹ ਗਰਮ ਨਹੀਂ ਉਹਨੇ ਜੋ ਵੀ ਗੱਲ ਕੀਤੀ ਉਹਨੇ ਉਸ ਧੀ ਦੇ ਭੈਣ ਦੇ ਵਾਸਤੇ ਗੱਲ ਕੀਤੀ ਉਹਦਾ ਇਹ ਜ਼ਰੂਰ ਸੀ ਉਹ 6'2" ਸੀ ਉਹਦੀ ਵਾਇਸ ਥੋੜੀ ਭਾਰੀ ਸੀ ਮੈਂ ਦੋਨੋਂ ਹਸਮੁਖ ਇੰਨੇ ਹੀ ਕੋਆਪਰੇਟਿਵ ਇੰਨੇ ਸੋਸ਼ਲ ਇੰਨੇ ਚੈਰਿਟੀ ਦੇ ਕੰਮ ਕਰਨ ਵਾਲੇ ਦੋਨੋਂ ਹੀ ਉਹਦੇ ਦੋਨੋਂ ਭਰਾ ਮਿਲਦੇ ਸੀ ਤੇ ਅੱਧੇ ਮਹੀਨੇ ਪਤਾ ਲੱਗ ਗਿਆ ਦੋ ਭਰਾ ਮਿਲ ਰਹੇ ਨੇ ਲਾਫਿੰਗ ਢਿੱਲੋਂ ਸਾਹਿਬ ਆਖਰੀ ਸਵਾਲ ਹੈ ਮੇਰਾ ਜਿਨ੍ਹਾਂ ਤੱਕ ਕਹਿੰਦੇ ਨੇ ਕਿ ਡੈਡ ਬੋਡੀ ਨਾ ਮਿਲੇ ਪਰਿਵਾਰ ਨੂੰ ਇੱਕ ਆਸ ਹੁੰਦੀ ਹੈ ਕਿ ਸ਼ਾਇਦ ਕਿਤੇ ਗੁੱਸੇ ਦੇ ਵਿੱਚ ਚਲੇ ਗਏ ਜਾਂ ਬੱਚੇ ਕੀ ਮਨ ਦੇ ਵਿੱਚ ਕੀ ਹੈ ਹੁਣ ਅਸੀਂ ਸਾਰਾ ਪਰਿਵਾਰ ਨਿਤਨੇਮੀ ਹਾਂ ਗੁਰੂ ਘਰ ਨੂੰ ਮੰਨਣ ਵਾਲਾ ਹਾਂ
मेरे पुत्र भी स्मरण करते होंगे सी, सेवा भी करते सी, लोक वंड दे दुखियां दी। मैं तो यही अरदास गुरु साहब अगे की थी, गुरु साहब साड़ी उम्र पूरी हो गई, असी जिन्नी अंग सर्विस सोसाइटी कर सकते हैं कर चुके हैं। अगर तुसी इन्हां कोलों अगलियां सेवावां समाज दियां सोसाइटी दियां लैनियां चाहते हो, अगर तुहानूं पौंदा होवे इन्हां नूं साढ़े कोल भेज दो। गुरु अर्जन देव जी का पंच पातशाह का सुखमनी साहब फरमान है, प्रभ भावे विश्वास से रखे। गुरु बड़ा समर्थ है, कुछ भी कर सकता, सुनवास है। ठीक है, धन्यवाद। ये मानवजीत और जशन दे फादर हैगे ने जिन्हां दे वल्लों अजे भी एक आस हैगी है, क्योंकि दोनों बेटियां ने छाल मार दी सी ब्यास दरिया दे विच, और इल्जाम जिहड़े लगे सीगे ओह एस एच ओ नवदीप सिंह होणा ते लगे सीगे, और पुलिस स्टेशन ते जिहड़े मौजूद हैगे सीगे मुलाजम उहनां ते लगे सीगे कि उहनां ने उहनां नूं टोर्चर कीता, तां उस तों परेशान होके जशन ने छाल मारी, उस तों बाद मानव ने छाल मार दी। पर अजे तक किसी की भी डेड बॉडी नहीं मिली, परिवार नूं आस है और इंसाफ की लगातार मंग कर रहे हैं। कैमरामैन साहिब दे नाल मनप्रीत सिंह कालू, जगबानी टीवी, जलंधर।